ਲੈ ਜਪ ਨੂੰ ਰੇ, ਤੁਸੀਂ ਇਕੱਲੇ ਇਕੱਲੇ ਖੇਡੀ ਜਾਂਦੇ ਆ, ਇਕੱਲੇ ਇਕੱਲੇ ਖੇਡੀ ਜਾਂਦੇ ਆ ਤੁਸੀਂ, ਹਾਂ ਮੰਮਾ ਖੇਡਦੇ ਨਹੀਂ ਨਾਲ ਦਾ ਦੇ ਜੀਬਾਂ ਕਰਦੇ ਆ ਮੰਮਾ, ਬਦਲ ਇੰਨੀਆਂ ਆ ਰਹੀਆਂ, ਸੌ ਜਾ ਹੁਣ, ਚੁੱਚੀ ਛੋਣਾ ਹੁਣ, ਚੁੱਚੀ ਛੋਂਗੇ ਪੁੱਤ, ਹਾਂ ਬੋਲ ਲੈ ਲਓ, ਤੱਲੇ ਤੱਲੇ ਖੇਡੀ ਜਾਂਦੇ ਹਾਂ, ਮੈਂ ਵੀ ਖੇਡੂ ਪੁੱਤ ਤੇਰੇ ਨਾਲ, ਖਾਲੋ ਮੈਨੂੰ ਇੱਕ ਖੋਣਾ ਦੇ ਦਿਓ, ਇੱਕ ਖੋਣਾ ਦੇ ਦਿਓ ਪੁੱਤ, ਇੱਕ ਖੋਣਾ ਦੇ ਦਿਓ ਮੈਨੂੰ, ਜਪ ਨੂਰ ਇਕੱਲਾ ਇਕੱਲਾ ਖੇਡੀ ਜਾਂਦਾ, ਬਹੁਤ ਟਾਈਮ ਦਾ ਲੱਗਿਆ ਵਾ ਦਿਮਾਗ 'ਚ ਤਾਂ ਮੇਰੇ ਹੋਣਾ, ਮੈਂ ਕਿਹਾ ਚੱਲ ਜਪ ਨੂਰ ਦੀ ਖੇਡਦੇ ਦੀ ਇਕੱਲੇ ਦੀ ਵੀਡੀਓ ਬਣਾ ਲਈਏ, ਖੇਡੀ ਦਾ ਇਹ ਬਹੁਤ ਟਾਈਮ ਦਾ ਜਾਂਦਾ, ਆ ਮੈਨੂੰ ਦੇ ਦਿਓ ਪੁੱਤ, ਕਾਕੇ ਨੂੰ ਨਿੰਨੀ ਕਰਾ ਦਿਓ ਪੁੱਤ, ਹੂੰ ਕਰ ਦਿਓ ਨਿੰਨੀ ਕਰਾ ਦਿਓ, ਹੂੰ ਐਂ ਕਰ ਦਿਓ ਕਾਕੇ ਨੂੰ, ਹੂੰ ਕਰਕੇ ਨਿੰਨੀ ਕਰਾ ਦਿਓ, ਕਾਕੇ ਨੂੰ ਨਿੰਨੀ ਕਰਾ ਦਿਓ, ਕਰ ਦਿਓ ਹੈਨੂ ਰੇ, ਕਰੇਲੇ ਪਾਇਆ ਦੇ ਉੱਪਰ ਸੁੱਕਣੇ, ਚੱਲ ਪਾਣੀ ਜਾਂ ਸੁੱਕ ਵਰਤਾ ਪੈਂਟਿੰਗ ਕਰੋ, ਤੁਸੀਂ ਸੋਚੂ ਹੀ ਕਰਦੇ ਰਹਿੰਦੇ ਆ ਪੈਂਟਿੰਗਾਂ ਬਦਲ ਤੇ ਪਿਓ ਰੱਖਿਆ, ਅਮਾ ਉਹਦੀ ਕਹਿੰਦੀ ਆ ਸੋਚੂ ਕਰਦਾ ਤੇ ਪੋਨ ਪੈਂਟ ਹੀ ਬਦਲ ਦੋ, ਅਮਾ ਵਿਹਲੀ ਨਹੀਂ, ਅੱਛਾ ਅਮਾ ਕੀ ਕਰਦੀ ਆ, ਮੈਂ ਦੋ ਦਿਨ ਬਾਅਦ ਸਿਰ ਬੰਨਦੀ ਪਈ ਆ ਪਤਾ, ਅੱਛਾ ਹੋਰ, ਵਾਹ ਬਈ ਵਾਹ ਬਈ, ਮਹਾਨ ਕੰਮ ਕਰ ਰਹੇ ਆ ਤੁਸੀਂ ਤਾਂ, ਟਾਈਮ ਲੱਗਦਾ ਨੂੰ ਮਸਾ ਹੀ, ਅਸੀਂ ਫੇਰ ਖਲਾਰਦਾ ਇੱਕ ਵਾਰ ਦਾ ਚੋ ਨਾ, ਸਿਰ ਚੋ ਤੇਲ ਪਤਾ ਨਹੀਂ ਕਿਉਂ ਉੱਡ ਜਾਂਦਾ, ਜਿਹੜਾ ਮਰਜ਼ੀ ਲਾ ਲਓ, ਹੂੰ ਤੇਲ ਹੀ ਉੱਡ ਜਾਂਦਾ, ਪੈਟਰੋਲ ਲਾਉਣੀ ਹੈ ਕਿ ਸਰੋਂ ਦਾ ਲਾਉਣੀ ਹੈ, ਕਿੰਨਾ ਲਾਉਣੀ ਹੈ ਮੈਂ ਤੇਲ ਤਾਂ ਵੀ ਉੱਡ ਜਾਂਦਾ, ਜਪਨੂ ਲਾ ਆ ਜਾ ਚੱਕ, ਗੁੱਤ ਕਰਨ ਤੱਕ ਹੀ ਟਾਈਮ ਦੇਗੀ ਬਸ ਮੈਨੂੰ, ਉਸ ਤੋਂ ਬਾਅਦ ਮਾਂ ਦੇ ਪਿੱਛੇ, ਨੂਰੇ ਮੰਮਾ ਨੂੰ ਕਹਿ ਕੱਕੋ ਮੈਨੂੰ, ਕਿ ਤੁਸੀਂ ਕੱਕ ਦੇ ਨਹੀਂ ਮੈਨੂੰ, ਕਿ ਚੱਕੋ ਮੰਮਾ ਚੱਕਦੇ ਨਹੀਂ, ਅੱਜ ਮਨਪ੍ਰੀਤ ਮੈਨੂੰ ਕਹਿੰਦੀ, ਕਹਿੰਦੀ ਭਾਬੀ ਮੈਂ ਨਾ ਵਲੋਗ ਵੇਖਣ ਲੱਗ ਗਈ ਹੁਣ, ਕਹਿੰਦੀ ਮੈਂ ਵਲੋਗ ਵੇਖਣੀ ਹੈ ਸਿਰਫ ਜਪਨੂਰ ਕਰਨ, ਬਹੁਤ ਜਾਣੇ ਕੱਲ ਆਂਟੀ ਦਾ ਮੈਸੇਜ ਆਇਆ ਕਹਿੰਦੇ ਇਹ ਜਪਨੂਰ ਨੂੰ ਵੱਧ ਤੋਂ ਵੱਧ ਦਿਖਾਇਆ ਕਰੋ, ਜਪਨੂਰ ਨੂੰ ਅਸੀਂ ਤਾਂ ਨਹੀਂ ਵੱਧ ਤੋਂ ਵੱਧ ਦਿਖਾਉਂਦੇ ਕਿਉਂਕਿ ਯੂਟਿਊਬ ਬੱਚਾ ਬਾਹਲਾ ਨਹੀਂ ਕਹਿੰਦੇ ਵੀ ਦਿਖਾਉਣਾ, ਅਤੇ ਇਸ ਕਰਕੇ ਜਪਨੂਰ ਦਾ ਜਿਹੜਾ ਆਪਣਾ ਪਹਿਲਾ ਪੁਰਾਣਾ ਚੈਨਲ ਬਣਿਆ ਹੋਇਆ ਸੀਗਾ ਉਹ ਜਪਨੂਰ ਦੇ ਨਾਮ 'ਤੇ ਚਲਾ ਤਾ ਆਪਾਂ, ਅਤੇ ਬਾਕੀ ਨਾ ਇੱਕ ਰਮਨ ਨੇ ਨਾ ਕੱਲ੍ਹ ਗੱਲ ਕਹੀ ਸੀਗੀ, ਮੈਂ ਰੂਬਰੂ ਹੋ ਕੇ ਰੂਬਰੂ ਹੋ ਕੇ ਵਧੀਆ ਲੱਗੀ ਤਾਂ ਰਮਨ ਦੇ ਮੂੰਹੋਂ ਤੁਸੀਂ ਸੁਣ ਹੀ ਲਿਆ, ਮੈਂ ਰੂਬਰੂ ਹੋ ਕੇ ਤੁਹਾਨੂੰ ਦੱਸਦਾਂਗਾ, ਅਤੇ ਉਹ ਗੱਲ ਸੀਗੀ ਕੀ ਗੱਲ ਸੀਗੀ ਰਮਨ ਮੈਂ ਯਾਦ ਕਰਦਾਂਗਾ, ਪਾਪਾ ਹਾਂ ਪਾਪਾ ਵਾਲੀ ਗੱਲ ਆ ਵੀ ਰਮਨ ਤੁਹਾਡੇ ਵੀ ਹਰਜੀਤ ਪਾਪਾ ਲੱਗਦੇ ਹੈ ਨਾ, ਉਹ ਭੈਣੇ ਤੁਸੀਂ ਮਜ਼ਾਕ ਕੀਤਾ ਸੀਗਾ, ਮਜ਼ਾਕ ਤੁਸੀਂ ਕਰ ਸਕਦੇ ਆ, ਤੁਸੀਂ ਸਾਡੇ ਪਰਿਵਾਰ ਦਾ ਜੀ ਆ ਹੈ ਨਾ, ਰਮਨ ਨੂੰ ਵੀ ਵਧੀਆ ਲੱਗੀ ਗੱਲ ਆ ਹੈ ਨਾ, ਕਿਉਂਕਿ ਇਹ ਚੀਜ਼ ਹੈਗੀ ਸਾਰੇ ਸਾਰੇ ਨਾ ਜਦੋਂ ਬੱਚੇ ਹੁੰਦੇ ਬਣਦੇ ਤਾਂ ਉਦੋਂ ਪਾਪਾ ਹੀ ਬਣਦੇ ਤੇ ਪਾਪਾ, ਠੀਕ ਹਾਂਜੀ, ਅਤੇ ਅਸੀਂ ਗੁੱਸਾ ਨਹੀਂ ਕੀਤਾ, ਉਹ ਤਾਂ ਵੈਸੇ ਤੁਹਾਡੀ ਗੱਲ ਚੱਲ ਰਹੀ ਸੀਗੀ ਰਮਨ ਕਰ ਰਹੀ ਸੀਗੀ ਹੈ ਨਾ, ਮੈਂ ਵਿੱਚ ਉਹ ਮਨਜੀਤ ਕੌਰ ਦਾ ਨਾਮ ਲੈਤਾ, ਉਹ ਪਤਾ ਕੀ ਗੱਲ ਬਣੇ, ਇੱਕ ਤਾਂ ਹੁੰਦਾ ਨੋਰਮਲ ਤੁਸੀਂ ਮੈਨੂੰ ਪੁੱਛਿਆ ਮਨਜੀਤ ਕੌਰ ਕੌਣ ਆ, ਅਤੇ ਉਹ ਗੱਲ ਐਂ ਬਣਿਆ ਵੀ ਇੱਕ
ਇੱਕ ਆਪਾਂ ਨੋਰਮਲ ਆਪਣਾ ਇੱਕ ਪਰਿਵਾਰ ਆ ਯੂਟਿਊਬ ਫੈਮਿਲੀ ਦਾ ਹੈ ਨਾ, ਅਤੇ ਮੈਂ ਐਵੇਂ ਤੁਹਾਨੂੰ ਕਹੀ ਜਾਵਾਂ ਤੁਸੀਂ ਸਾਡੇ ਪਰਿਵਾਰ ਦੇ ਜੀ ਹੈ ਠੀਕ ਹੈ, ਅਤੇ ਤੁਸੀਂ ਕੋਈ ਮਜ਼ਾਕ ਕਰੋ ਉਹ ਮੈਂ ਝੱਲਾ ਨਾ, ਠੀਕ ਹੈ ਇਹ ਗਲਤ ਗੱਲ ਆ। ਤੁਸੀਂ ਉਹ ਮਜ਼ਾਕ 'ਚ ਗੱਲ ਕੀਤੀ ਸੀ ਸਾਨੂੰ ਵੀ ਪਤਾ ਸੀ, ਗੁੱਸਾ ਨਹੀਂ ਕੀਤਾ ਵੈਸੇ ਗੱਲ ਆ, ਰਮਨ ਕਰ ਰਹੇ ਸੀ ਕਿ ਮੈਨੂੰ ਵਧੀਆ ਲੱਗਿਆ ਕਿ ਉਹਨਾਂ ਨੇ ਐਂ ਗੱਲ ਕਹੀ। ਅਤੇ ਰਮਨ ਦਾ ਵੀ ਮੈਂ ਕਈ ਵਾਰ ਰਮਨ ਨੂੰ ਮੈਂ ਵੀ ਕਹਿ ਦਿੰਦਾ ਨਾ ਮੈਂ ਤੇਰਾ ਪਾਪਾ ਨਾ ਲੱਗਦਾ ਕਿ ਜਪਨੂਰ ਦਾ ਪਾਪਾ ਲੱਗਦਾਗਾ, ਅਤੇ ਇਹ ਗੱਲ ਸਾਡੇ 'ਚ ਦੋਨਾਂ 'ਚ ਵੀ ਚੱਲਦੀ ਹੁੰਦੀ ਆ। ਚਲੋ ਅੱਜ ਤੁਸੀਂ ਤੀਜੇ ਰਲ ਗਏ ਸਾਡੇ 'ਚ। ਅਤੇ ਉਹ ਪਤਾ ਕੀ ਗੱਲ ਆ, ਉਹ ਕਰਦੀ ਕਿਤੇ ਡੱਡੂ ਅੱਖੀ ਕਹਿੰਦੀ ਹੈ, ਕਿਤੇ ਕੁਛ ਕਹਿੰਦੀ ਹੈ ਰਮਨ ਬਾਰੇ, ਇਹ ਕੋਈ ਮਜ਼ਾਕ ਨਹੀਂ ਨਾ, ਠੀਕ ਹੈ। ਅਤੇ ਵੈਸੇ ਮੈਂ ਉਹ ਭੈਣ ਨੂੰ ਨਾ ਕਾਫੀ ਟਾਈਮ ਪਹਿਲਾਂ ਵੀ ਵੋਇਸ ਜੀ ਕਰਦੀ ਹੁੰਦੀ ਸੀਗੀ, ਅੱਜ ਤੋਂ 6-7 ਮਹੀਨੇ ਪਹਿਲਾਂ ਵੀ ਕਰਦੀ ਸੀ ਵੈਸ ਦੀ, ਮੈਂ ਉਹਦਾ ਨਾਮ ਲੈਤਾ ਸੀਗਾ। ਅਤੇ ਵੀ ਹਟ ਗਈ ਸੀਗੀ ਉਹ ਤੁਹਾਡੇ ਤੋਂ, ਡਰਦੀ ਸਾਰਿਆਂ ਤੋਂ ਹੈ ਨਾ, ਉਹ ਹਟ ਗਈ ਸੀਗੀ ਮੈਸੇਜ ਕਰਨ। ਹੁਣ ਉਹ ਯਾਨੀ ਕਿ ਵੀ ਹੋ ਗਿਆ ਮਹੀਨਾ ਕੁ, ਉਹ ਫਿਰ ਕਰਨ ਲੱਗ ਗਈ ਡੱਡੂ ਅੱਖੀ ਕਿਤੇ ਕੁਛ ਬੋਲਦੀ ਹੈ ਨਾ ਰਮਨ ਬਾਰੇ। ਅਤੇ ਐਵੇਂ ਮੈਂ ਆਖਾਂ ਮੇਰੇ ਬਾਰੇ ਬੋਲੂ ਵੀ ਚਲੋ ਕੋਈ ਚੱਕਰ ਨਹੀਂ ਹੈ ਨਾ, ਅਤੇ ਪਰ ਉਹਦਾ ਇੱਕ ਸ਼ੋਟ ਜਿਹਾ ਵੀ ਬਣਾਇਆ ਹੋਇਆ ਹੈਗਾ, ਬੱਚੇ ਜੇ ਬੈਠੇ ਆ ਉਹਨਾਂ ਦੇ ਬੈੱਡ ਦੇ ਉੱਤੇ, ਅਤੇ ਮੈਂ ਉਹਦੇ 'ਚ ਉਹਨੂੰ ਕਮੈਂਟ ਕਰਕੇ ਅਤੇ ਭੇਜਿਆ ਜਦੋਂ 6 ਮਹੀਨੇ ਪਹਿਲਾਂ ਮੈਸੇਜ ਕੀਤਾ ਸੀ ਉਹਨੇ ਡੱਡੂ ਅੱਖੀ ਕਿਹਾ ਸੀਗਾ ਰਮਨ ਨੂੰ, ਅਤੇ ਮੈਂ ਵਾਹਵਾ ਉਹਨੂੰ ਯਾਨੀ ਕਿ ਵੀ ਕਮੈਂਟ ਕੀਤੇ ਉਹਦੇ 'ਚ। ਉਹਨੇ ਨਾ ਹੁਣ ਪਤਾ ਕੀ ਗੱਲ, ਉਹਨੇ ਕਮੈਂਟ ਬੰਦ ਕਰਤੇ ਵੀ ਮੈਨੂੰ ਮੇਰੇ ਚੈਨਲ 'ਤੇ ਨਾ ਭੇਜ ਦੇ, ਇੱਕ ਹੀ ਸ਼ੋਟ ਪਾਇਆ ਵਾ ਉਹਦਾ। ਅਤੇ ਬਾਕੀ ਕੋਈ ਗੱਲ ਨਹੀਂ, ਮਜ਼ਾਕ ਤਾਂ ਚੱਲਦਾ ਰਹਿੰਦਾ ਹੁੰਦਾ ਗਾ। ਅਤੇ ਜਿਹੜੇ ਆ ਗੱਲ ਕਹਿਣੇ, ਮੈਂ ਉਹਨੂੰ ਮਨਜੀਤ ਕੌਰ ਨੂੰ ਠੀਕ ਹੈ ਵੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਕੱਲ੍ਹ ਨੂੰ ਇਹ ਨਾ ਹੋਵੇ ਕਿ ਕਿਸੇ, ਜੇ ਅੱਜ ਤੇਰੇ ਬੱਚੇ ਵਧੀਆ ਤੰਦਰੁਸਤ ਆ, ਮੈਂ ਤਾਂ ਕਹਿੰਦਾ ਤੰਦਰੁਸਤੀ ਰਹਿਣ, ਰੱਬ ਨਾ ਕਰੇ ਕੱਲ੍ਹ ਨੂੰ ਕੋਈ 19-21 ਹੁੰਦੀ ਹੈ ਤੁਹਾਡੇ ਬੱਚੇ 'ਚ ਕੋਈ ਵੱਜ ਪੈ ਜਾਂਦੀ ਆ, ਅਤੇ ਫਿਰ ਤੁਹਾਨੂੰ ਅਹਿਸਾਸ ਹੋਊਗਾ ਵੀ ਮੈਂ ਕਿਸੇ ਨੂੰ ਗਲਤ ਬੋਲੀ ਸੀਗੀ। ਇਸ ਤੋਂ ਪਹਿਲਾਂ ਕਿ ਗਲਤ ਕਿਸੇ ਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਜਾਵੇ ਹੈ ਨਾ, ਅਤੇ ਮੈਂ ਤਾਂ ਇੰਨਾ ਹੀ ਕਹੂੰਗਾ ਹੈ ਨਾ। ਅਤੇ ਪਤਾ ਕੀ ਗੱਲ ਹੁੰਦੀ ਹੈ, ਤੀਰੋ ਨਿਕਲਿਆ ਕਮਾਨ ਬੋਲੋ ਕਿ ਉਹ ਗੱਲ ਸਾਡੇ ਤੇ ਨਾ ਪਵੇ, ਮਤਲਬ ਕਹਿਣ ਦਾ ਮਤਲਬ ਇਹ ਕਿ ਜਿਹੜਾ ਸਾਡੀ ਜ਼ਬਾਨ ਚੋਂ ਇੱਕ ਇੱਕ ਜ਼ਬਾਨ ਚੋਂ ਵਰਡ ਨਿਕਲਦਾ ਹੈ ਨਾ, ਹਨਾ ਚੰਗਾ ਚਾਹੇ ਮਾੜਾ, ਉਹ ਇੱਕ ਬੀਜ ਬਣ ਜਾਂਦਾ ਤੇ ਉਹ ਆਪ ਹੀ ਆਪਾਂ ਹੰਡਾਣਾ, ਬੀਜ ਬਣ ਜਾਂਦਾ ਚੰਗੇ ਮਾੜੇ ਦੀ ਗੱਲ ਦੇ ਵਿੱਚ। ਜੇ ਆਪਾਂ ਕਿਸੇ ਦਾ ਬੋਲਦੇ ਹਾਂ ਤੇ ਇੱਕ ਬੀਜ ਬਣ ਜਾਂਦਾ ਉਹਦਾ, ਆਪਾਂ ਹੀ ਫਲ ਪੈਂਦਾ ਉਹਨੂੰ ਸਾਡਾ। ਕੰਬਲ ਕੰਬਲ ਆ ਰਹੇ ਆ ਕੱਪੜੇ, ਮੇਰੀ ਟੀ ਸ਼ਰਟ ਉਹ ਵੀਲ ਚੇਅਰ ਤੇ ਪਈ ਆ, ਉਹ ਧੋਣ ਵਾਲੀ ਹੈ ਲਾਲ ਜੀ, ਉਹਦੇ ਆਪੇ ਚੁੱਕੀ ਜਾਣੀ ਆ। ਕਰੇਲੇ ਚੱਕ ਜਾਂਦੇ ਉੱਪਰੋਂ, ਹਾਏ ਮੈਂ ਲਿਆਵਾਂ, ਲਿਆਉਣੇ ਪੈਣੇ ਆ। ਦੇਖੋ ਥੋੜੇ ਹੋ ਗਏ, ਰੋਟੀ ਲਾਉਣੀ ਆ ਬਸ, ਥੋੜੇ ਆਏ ਦੁਪਹਿਰੀ ਕਿੰਨੇ ਜ਼ਿਆਦਾ ਸੀ, ਹੁਣ ਬਾਹਰ ਰੱਖਦਾ ਨਾ।
ਡੈਗਣਾ ਪਾਵੇ ਕੁੜੀ ਆ ਕਿਨਾਰੇ ਤੇ ਆ ਇਹਨੂੰ ਉਧਰ ਪਾਓ ਇਹਦਾ ਪਤਾ ਹੀ ਨਹੀਂ ਕਦੋਂ ਰਹਿ ਪੈਣਾ ਚੱਲ ਪੁੱਤ ਉੱਧਰ ਜਾ ਪਾਪਾ ਕੋਲ ਜਾ ਡਿਊਟੀ ਸਾਂਭੋ ਆਪਦੀ ਪਾਪਾ ਸਾਂਭੋ ਆਪਾ ਗੱਲ ਮੈਂ ਬਾਜ਼ਾਰ ਲੈ ਕੇ ਗਿਆ ਇਹਨੂੰ ਇੱਧਰ ਗੇੜਾ ਗੜਾ ਕੇ ਲਿਆ ਪਤਾ ਮੈਨੂੰ ਕੀ ਕਹਿੰਦੀ ਵੀਲ ਚੇਅਰ ਤੇ ਹਾਂ ਵੀ ਮੈਨੂੰ ਖੜੀ ਕਰ ਫਿਰ ਮੈਂ ਆਪਦੇ ਲਈ ਮੂੰਹ ਕਰਕੇ ਬੁੱਕਲਾਂ 'ਚ ਖੜੀ ਕੀਤੀ ਅਤੇ ਫਿਰ ਹੱਸਦੀ ਆਈ ਇਹ ਬੜਾ ਗੰਦਾ ਹੋ ਗਿਆ ਫਿਰ ਇੱਕ ਹੋਰ ਇਹਦੇ 'ਚ ਖਾਸੀਅਤ ਹੈ ਇਹ ਜਾਂਦੀ ਨੇ ਗਲੀ 'ਚ ਨਾ ਸਾਰਿਆਂ ਦੇ ਘਰਾਂ ਵੱਲ ਦੇਖਦੇ ਲੰਘਣਾ ਮੇਰਾ ਤੇ ਪੁੱਤ ਹੈ ਮੈਂ ਕਿਹਾ ਸਾਰੇ ਦਾ ਹੀ ਪੁੱਤ ਹੈਗਾ ਹੈ ਸਾਰੇ ਇੰਨਾ ਪਾਰ ਕਰਦੇ ਨੇ ਇਹਨੂੰ ਦੂਰੋਂ ਦੂਰੋਂ ਦੀ ਬਾਹਰੋਂ ਦੀ ਅੰਦਰੋਂ ਦੀ ਸਾਰੇ ਇੰਡੀਆ ਚੋਂ ਬਾਹਰੋਂ ਦੀ ਹੈ ਸਾਰੇ ਪਾਰ ਕਰਦੇ ਨੇ ਬਹੁਤ ਪਾਰ ਲੈਂਦਾ ਜਪਨੂਰ ਤੇ ਲਪੇਟ ਕੇ ਉੱਥੇ ਰੱਖ ਲਈ ਤੇ ਮੈਂ ਰੋਲ ਜਿਹਾ ਐ ਵੀ ਜਗ੍ਹਾ ਘੇਰਦਾ ਸੀ ਮਾੜਾ ਮਾੜਾ ਕਿੰਨੀ ਅਲਮਾਰੀ ਸਵਾਰੀ ਦੂਜੇ ਚੌਥੇ ਦਿਨ ਆਈ ਹੋ ਜਾਂਦਾ ਅਲਮਾਰੀ ਦਾ ਸਵਾਰਦੇ ਰਹੋ ਤੁਹਾਡੇ ਭਾਜੀ ਖਿਲਾਰਦੇ ਰਹਿੰਦੇ ਆ ਮੈਂ ਸਵਾਰਦੀ ਰਹਿੰਦੀ ਹਾਂ ਮੇਰੇ ਕੱਪੜੇ ਹੀ ਲੱਗੇ ਹੋਏ ਪਿੱਛੇ ਤੇਰੇ ਉਹਨੇ ਤਾਂ ਮੇਰੇ ਨੇ ਜਿੰਨੇ ਤੇਰੇ ਆ ਵੈਸੇ ਵੀ ਬੁੜਗਾ ਦੇ ਕੱਪੜੇ ਸਾਰੇ ਮੈਂ ਉੱਧਰ ਰੱਖੇ ਹੋਏ ਨੇ ਦੁਕਾਨ 'ਚ ਬੁੜਗਾ ਦੇ ਵਾਦੇ ਕੱਪੜੇ ਹੁੰਦੇ ਆ ਮੈਂ ਹੁਣ ਪਾਉਂਦੀ ਨਹੀਂ ਮੈਂ ਵੀ ਰੱਖਦਾ ਮੈਨੂੰ ਤਾਂ ਐਂ ਨਾ ਕਿਤੇ ਕਿਸੇ ਟਾਈਮ ਪਾਉਣਾ ਪੈਂਦਾ ਮੇਰਾ ਸਿੰਪਲ ਪਾਉਂਦੀ ਦਾ ਕੀ ਆ ਭਾਜੀ ਤੁਹਾਡੇ ਵੀ ਟੋਰ ਬਣਾ ਕੇ